ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ, ਇਮਾਨਦਾਰ ਸਰਕਾਰ ਹੈ। ਜਿਹੜੇ ਵੀ ਇਲੈਕਸ਼ਨਾਂ ਦਿਨਾਂ 'ਚ ਲੋਕਾਂ ਨਾਲ ਵਾਅਦਾ ਕੀਤੇ ਸੀ, ਇਸ ਜਿਹੜੀ ਢੰਡਾਰੀ ਦੇ ਵਿੱਚ ਜ਼ਿਆਦਾ ਪੂਰਵਾਂਚਲ ਭਰਾ ਭੈਣ ਭਰਾ ਰਹਿੰਦੇ ਆ, ਔਰ ਅੱਜ ਵੀ ਜਿਹੜਾ ਦੋ ਵਾਰਡ ਮੁਹੱਲਿਆਂ ਦੇ ਵਿੱਚ ਉਦਘਾਟਨ ਹੋਣੇ ਆ, ਜਗਦੀਸ਼ ਕਲੋਨੀ ਅਤੇ ਨਿਊ ਦੁਰਗਾ ਕਲੋਨੀ, ਤਕਰੀਬਨ 2.5 ਕਰੋੜ ਦੇ ਕੰਮ ਹੈ। ਇੱਥੇ 1 ਕਰੋੜ 1 ਲੱਖ ਦਾ, ਜਿਹੜਾ ਦੁਰਗਾ ਕਲੋਨੀ ਵਾਲਾ 1 ਕਰੋੜ 40 ਲੱਖ ਦਾ। ਸੋ ਦਿਲੋਂ ਧੰਨਵਾਦ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਵੀ ਜਿਹੜੀ ਵੀ ਬੇਨਤੀ ਚਾਹੇ ਕਰੋੜਾਂ ਦੇ ਕੰਮ ਹੋਣ, ਜਦੋਂ ਵੀ ਬੇਨਤੀ ਲਾਉਂਦੇ ਹਾਂ ਸਾਡੀ ਬੇਨਤੀ ਨੂੰ ਕਬੂਲ ਕਰਦੇ। ਮੁੱਖ ਮੰਤਰੀ ਸਾਹਿਬ, ਸਾਡੇ ਮਿਨਿਸਟਰ ਸਾਹਿਬਾਨ, MLA ਸਾਹਿਬ ਸਾਰੇ ਹੀ, ਔਰ ਸਾਡੇ ਪੂਰੇ ਪਾਰਟੀ ਦੇ ਜਿਹੜੀ ਲੀਡਰਸ਼ਿਪ ਹੈ, ਸਾਰੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ, ਔਰ ਵਾਕਈ ਮਿਸਾਲ ਹੈ ਇੱਕ ਜਿਹੜੀ ਇਹੋ ਜਿਹੀ ਸੇਵਾ ਜਿੱਥੇ ਹਰ ਜਗ੍ਹਾ ਆਪ ਨਾਲ ਲੱਗ ਕੇ ਸੇਵਾ ਕਰਵਾ ਰਹੇ ਨੇ। ਸੋ ਮੈਂ ਵੀ ਇਹਨਾਂ ਦਾ ਸੇਵਾਦਾਰ ਬਣ ਕੇ ਹਲਕਾ ਸਾਹਨੇ ਵਾਲੀ ਸੇਵਾ ਕਰ ਰਿਹਾ, ਔਰ ਮੈਂ ਜੇ ਇਹਨਾਂ ਭੈਣ ਭਰਾਵਾਂ ਨਾਲ ਵਾਅਦੇ ਕੀਤੇ ਸੀ ਤਾਂ ਉਹ ਸਾਰੇ ਪੂਰੇ ਕਰਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਵਿੰਦਰ ਸਰੋਣਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ 'ਤੇ। ਦੋਸਤੋ, ਅਗਰ ਗੱਲ ਕਰੀਏ ਸਾਹਨੇਵਾਲ ਹਲਕੇ ਦੀ, ਸਾਹਨੇਵਾਲ ਹਲਕੇ ਵਿੱਚ ਵਿਕਾਸ ਕਾਰ ਬੜੀ ਤੇਜ਼ ਨਾਲ ਹੋ ਰਹੇ ਨੇ। ਅੱਜ ਸਾਹਨੇਵਾਲ ਤੋਂ ਬਤੌਰ ਆਮ ਆਦਮੀ ਪਾਰਟੀ ਦਾ ਵਿਧਾਇਕ ਹਰਦੀਪ ਸਿੰਘ ਬੁੰਡੀਆ ਸਾਡੇ ਨਾਲ ਨੇ, ਜਿਹੜਾ ਕਿ ਇਸ ਗਲੀ ਦਾ ਉਦਘਾਟਨ ਕਰਨ ਆਏ ਨੇ। ਪੁੱਛਦੇ ਹਾਂ ਸਰ, ਗਲੀ ਦਾ ਉਦਘਾਟਨ ਕਰਨੇ ਆ, ਕਿੰਨੇ ਦੀ ਲਾਗਤ ਹੈ? ਬਹੁਤ ਬਹੁਤ ਧੰਨਵਾਦ। ਦੇਖੋ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ, ਇਮਾਨਦਾਰ ਸਰਕਾਰ ਹੈ। ਜਿਹੜੇ ਵੀ ਇਲੈਕਸ਼ਨਾਂ ਦਿਨਾਂ 'ਚ ਲੋਕਾਂ ਨਾਲ ਵਾਅਦਾ ਕੀਤੇ ਸੀ, ਇਸ ਜਿਹੜੀ ਢੰਡਾਰੀ ਦੇ ਵਿੱਚ ਜ਼ਿਆਦਾ ਪੂਰਵਾਂਚਲ ਭਰਾ ਭੈਣ ਭਰਾ ਰਹਿੰਦੇ ਆ। ਸੋ ਇਹਨਾਂ ਨਾਲ ਗਰੰਟੀਆਂ ਭਰਦੇ ਸਮੇਂ, ਜੋ ਇਲੈਕਸ਼ਨਾਂ 'ਚ ਵੋਟਾਂ ਮੰਗਦੇ ਸਮੇਂ ਇਹਨਾਂ ਨਾਲ ਵਾਅਦਾ ਕੀਤੇ ਕਿ ਤੁਹਾਡੀਆਂ ਗਲੀਆਂ, ਜਦੋਂ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਓਗੇ, ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਏਗੀ। ਹਰ ਹਫ਼ਤੇ 10 ਦਿਨ ਬਾਅਦ ਦੁਰਗਾ ਕਲੋਨੀ ਢੰਡਾਰੀ 'ਚ ਵਾਰਡ ਨੰਬਰ 25 ਨਵਾਂ ਬਣਿਆ, ਇਹਦੇ 'ਚ ਉਦਘਾਟਨ ਕਰਨ ਆਉਂਦੇ ਹਾਂ। ਔਰ ਅੱਜ ਵੀ ਜਿਹੜਾ ਦੋ ਵਾਰਡ ਮੁਹੱਲਿਆਂ ਦੇ ਵਿੱਚ ਉਦਘਾਟਨ ਹੋਣੇ ਆ, ਜਗਦੀਸ਼ ਕਲੋਨੀ ਅਤੇ ਨਿਊ ਦੁਰਗਾ ਕਲੋਨੀ, ਤਕਰੀਬਨ 2.5 ਕਰੋੜ ਦੇ ਕੰਮ ਹੈ। ਇੱਥੇ 1 ਕਰੋੜ 1 ਲੱਖ ਦਾ, ਜਿਹੜਾ ਦੁਰਗਾ ਕਲੋਨੀ ਵਾਲਾ 1 ਕਰੋੜ 40 ਲੱਖ ਦਾ। ਸੋ ਦਿਲੋਂ ਧੰਨਵਾਦ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਵੀ ਜਿਹੜੀ ਵੀ ਬੇਨਤੀ ਚਾਹੇ ਕਰੋੜਾਂ ਦੇ ਕੰਮ ਹੋਣ, ਜਦੋਂ ਵੀ ਬੇਨਤੀ ਲਾਉਂਦੇ ਹਾਂ ਸਾਡੀ ਬੇਨਤੀ ਨੂੰ ਕਬੂਲ ਕਰਦੇ ਆ। ਔਰ ਮੁੱਖ ਮੰਤਰੀ ਸਾਹਿਬ ਜਿੱਥੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਜਾ ਰਹੇ ਆ, ਡੇਂਡਾ ਦੇ ਕਰ ਰਹੇ ਆ, ਅਤੇ ਸੋ ਜਦੋਂ ਅਸੀਂ ਵੀ ਆਪਣੇ ਹਲਕਾ ਸਾਹਨੇਵਾਲ ਦੀ ਬੇਨਤੀ ਲਾਉਂਦੇ ਹਾਂ, ਸੋ ਇਹ ਵੀ ਸਾਡੀ ਬੇਨਤੀ ਕਬੂਲ ਕਰਦੇ। 1 ਕਰੋੜ ਰੁਪਈਆ ਸਾਨੂੰ ਦੇ ਦਿੱਤਾ ਇਸ ਢੰਡਾਰੀ ਵਾਸਤੇ, ਆਉਣ ਵਾਲੇ ਦਿਨਾਂ 'ਚ ਹੋਰ ਉਦਘਾਟਨ ਕਰਨ ਜਾਵਾਂਗੇ, ਜਲਦੀ ਹੋਰ ਮੰਗ ਕੀਤੀ ਔਰ 1 ਕਰੋੜ ਰੁਪਈਏ ਹੋਰ ਆ ਰਹੇ। ਮੁੰਡੀਆ ਸਾਹਿਬ, ਵਿਰੋਧੀਆਂ ਨੇ ਕਿਹਾ ਕਿ 1076 ਜਿਹੜੀ ਤੁਸੀਂ ਵਿਵਸਥਾ ਸ਼ੁਰੂ ਕੀਤੀ ਹੈ, ਉਹਦੀ ਲੋੜ ਨਹੀਂ ਸੀ ਕਿਉਂਕਿ ਸਭ ਕੁਝ ਔਨਲਾਈਨ ਪਹਿਲੇ ਹੀ ਸੀਗਾ। ਵਿਰੋਧੀਆਂ ਦਾ ਔਨਲਾਈਨ ਕੋਈ ਕੰਮ ਦਿਖਾ ਦਿਓ, ਵਿਰੋਧੀਆਂ ਤੋਂ ਹੁਣ ਕੋਈ ਕੰਮ ਨਹੀਂ ਰਿਹਾ, ਕੋਈ ਗੱਲ ਨਹੀਂ ਰਹੀ, ਵਿਹਲੇ ਬੈਠੇ ਜਿਹੜਾ ਵੀ ਕੰਮ ਕਰਦੇ ਆ ਉਹ ਕਹਿੰਦੇ ਪਹਿਲਾਂ ਹੀ ਸੀਗਾ, ਅਤੇ ਫਿਰ ਲੋਕ ਐਡੇ ਨਿਆਣੇ ਨਹੀਂ, ਲੋਕਾਂ ਨੇ ਨਕਾਰਿਆ ਕਿ ਉਹ ਲੋਕਾਂ ਨੇ ਸਾਈਡ 'ਤੇ ਕਰਤਾ, ਜਿਹਨਾਂ ਦੇ ਪੱਲੇ ਕੱਖ ਨਹੀਂ, ਜਿਹੜੇ ਬੋਲ ਰਹੇ ਨੇ, ਜਿਹਨਾਂ ਨੂੰ ਲੋਕਾਂ ਨੇ ਨਕਾਰਿਆ ਹੈ ਉਹ ਬੋਲ ਰਹੇ ਨੇ, ਪਰ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੇਵਾਦਾਰ ਬਣ ਕੇ ਸੇਵਾ ਕਰਾਂਗੇ। ਪੂਰੀ ਸਰਕਾਰ, ਪੂਰੇ ਮੁੱਖ ਮੰਤਰੀ ਸਾਹਿਬ, ਸਾਡੇ ਮਿਨਿਸਟਰ ਸਾਹਿਬਾਨ, MLA ਸਾਹਿਬ ਸਾਰੇ ਹੀ, ਔਰ ਸਾਡੇ ਪੂਰੇ ਪਾਰਟੀ ਦੇ ਜਿਹੜੀ ਲੀਡਰਸ਼ਿਪ ਹੈ, ਸਾਰੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ, ਔਰ ਵਾਕਈ ਮਿਸਾਲ ਹੈ ਇੱਕ ਜਿਹੜੀ ਇਹੋ ਜਿਹੀ ਸੇਵਾ ਜਿੱਥੇ ਹਰ ਜਗ੍ਹਾ ਆਪ ਨਾਲ ਲੱਗ ਕੇ ਸੇਵਾ ਕਰਵਾ ਰਹੇ ਨੇ। ਸੋ ਮੈਂ ਵੀ ਇਹਨਾਂ ਦਾ ਸੇਵਾਦਾਰ ਬਣ ਕੇ ਹਲਕਾ ਸਾਹਨੇਵਾਲ ਦੀ ਸੇਵਾ ਕਰ ਰਿਹਾ, ਔਰ ਮੈਂ ਜੇ ਇਹਨਾਂ ਭੈਣ ਭਰਾਵਾਂ ਨਾਲ ਵਾਅਦੇ ਕੀਤੇ ਸੀ ਤਾਂ ਉਹ ਸਾਰੇ ਪੂਰੇ ਕਰਾਂਗੇ। ਉਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਆਮ ਨਹੀਂ ਉਸ ਦਿਨ ਲੱਗ ਰਹੀ ਸੀ, ਧਨਾਂਸੂ 'ਚ ਜਦੋਂ ਰੈਲੀ ਹੋਈ ਹੈ ਤੁਸੀਂ ਦੇਖ ਲਓ, ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੋਂ ਲੈ ਕੇ ਧਨਾਂਸੂ ਤੱਕ ਹਜ਼ਾਰਾਂ ਦੀ ਤਾਦਾਦ 'ਚ ਉਹ ਕਹਿੰਦੇ ਵੋਟ ਲੱਗ ਗਏ, ਕਹਿੰਦੇ ਵੇਸਟ ਆਫ ਆਪ ਮਨੀ ਕਿਤੇ ਨਾ ਕਿਤੇ ਇਹਨਾਂ ਨੇ ਕੀਤੀ ਹੈ, ਕੋਈ ਲੋੜ ਨਹੀਂ ਸੀ ਇੰਨੇ ਵੋਟ ਲਾਉਣ ਦੀ, 1 ਵੋਟ 2 ਵੋਟ 1 ਕਿਲੋਮੀਟਰ ਬਾਅਦ 1-2 ਵੋਟ ਲਾ ਦਿੰਦੇ, ਇੰਨਾ ਬਹੁਤ ਸੀਗਾ। ਦੇਖੋ, ਲੋਕਾਂ ਦਾ ਪਿਆਰ ਹੈ, ਲੋਕ ਵੋਟ ਲਗਾ ਰਹੇ ਨੇ, ਜੇ ਮੇਰੇ ਹਲਕੇ ਜਿਹੜਾ ਪਿੱਛੇ ਦੀਵਾਰ 'ਤੇ ਦੇਖੋ ਵੋਟ ਲੱਗੇ ਹੋਏ ਨੇ, ਇਹ ਭੈਣ ਭਰਾ ਪਿਆਰ
ਕਰਦੇ ਨੇ, ਸਾਰੇ ਬੋਰਡ ਲਗਾਉਂਦੇ ਨੇ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬੋਰਡ ਨੇ, ਅਰਵਿੰਦ ਕੇਜਰੀਵਾਲ ਜੀ ਦੇ ਬੋਰਡ ਹੈ। ਲੋਕਾਂ ਨੂੰ ਬੇਨਤੀ ਲਗਾਈ ਸੀ, ਮੈਂ ਆਪਣੇ ਵਾਰਡ ਵਾਸੀ ਆਪਣੇ ਪੂਰੇ ਸਾਹਨੇਵਾਲ ਵਾਸੀਆਂ ਨੂੰ ਕਿਹਾ ਸੀ, ਆਪਣੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ, ਕਿ ਮੇਰੀ ਫੋਟੋ ਨਾ ਲਗਾਇਓ। ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਰਕੇ ਸੇਵਾਦਾਰ MLA ਬਣੇ ਹਾਂ, ਅਰਵਿੰਦ ਕੇਜਰੀਵਾਲ ਜੀ ਕਰਕੇ ਬਣੇ ਹਾਂ, ਔਰ ਉਹਨਾਂ ਦੇ ਹੀ ਫਲੈਕਸ ਲਗਾਇਓ, ਔਰ ਸਾਡਾ ਜਿਹੜੀ ਪਾਰਟੀ ਦਾ ਡਿਜ਼ਾਇਨ ਹੈ ਸਾਰਾ ਸੇਮ ਹੁੰਦਾ, ਔਰ ਸਾਡੇ ਸਾਰੇ ਸਾਹਨੇਵਾਲ ਵਾਸੀਆਂ ਨੇ, ਭੈਣ ਭਰਾਵਾਂ ਨੇ, ਜੇ ਪੂਰੀ ਰੈਲੀ ਦੇ ਵਿੱਚ ਪੂਰਾ ਸਾਹਨੇਵਾਲ ਚਮਕਾਇਆ, ਪੂਰਾ ਲੁਧਿਆਣਾ ਚਮਕਾਇਆ, ਲੁਧਿਆਣਾ ਰੈਲੀ ਸੀ, ਅਤੇ ਇਹ ਸਾਡੇ ਹਲਕੇ ਦੇ ਲੋਕਾਂ ਦਾ, ਲੁਧਿਆਣੇ ਵਾਸੀਆਂ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਪਿਆਰ ਸੀ, ਕਿਉਂਕਿ ਸਾਡੀ ਪਾਰਟੀ ਸ਼ੁਰੂ ਤੋਂ ਤੁਸੀਂ ਦੇਖੋ ਡਿਜ਼ਾਇਨ ਜਿਹੜਾ ਸੇਮ ਹੁੰਦਾ ਪਾਰਟੀ ਨਾਲ ਡਿਜ਼ਾਇਨ ਹੁੰਦਾ, ਔਰ ਸਾਰਿਆਂ ਨੇ ਬੋਰਡ ਲਗਾਇਆ। ਕੋਈ ਲੋਕਾਂ ਦਾ ਪੈਸਾ ਇਹਨਾਂ ਵਾਂਗ, ਜਿਵੇਂ ਗੁਰੂ ਘਰਾਂ ਦੇ ਲੰਗਰ ਆਪਣੀ ਪਾਰਟੀਆਂ ਨੂੰ ਖਵਾ ਕੇ ਲੋਕਾਂ ਦੇ ਪੈਸੇ ਖਾਂਦੇ ਸੀ, ਸਾਡੀ ਪਾਰਟੀ ਕੋਈ ਲੋਕਾਂ ਦਾ ਇੱਕ ਰੁਪਈਆ ਵੀ ਖਾ ਕੇ ਲੋਕਾਂ 'ਚ ਨਹੀਂ ਲਾ ਰਹੀ, ਸੇਵਾਦਾਰ ਬਣ ਕੇ ਸੇਵਾ ਕਰ। ਮੁੰਡੀਆ ਸਾਹਿਬ, ਇੱਕ ਗੱਲ ਹੋਰ ਉਹਨਾਂ ਨੇ ਕਹੀ ਹੈ, ਕਿਤੇ ਨਾ ਕਿਤੇ ਸਰਕਾਰੀ ਬੱਸਾਂ ਯੂਜ਼ ਕੀਤੀਆਂ ਗਈਆਂ ਨੇ, ਅਗਰ ਪ੍ਰਾਈਵੇਟ ਬੱਸਾਂ 'ਚ ਲੈ ਜਾਂਦੇ। ਟਰਾਂਸਪੋਰਟ ਮੰਤਰੀ ਦੇ ਜਿਹੜਾ ਮੰਤਰੀ ਸਾਹਿਬ ਨੂੰ ਪੁੱਛ ਰਹੇ ਹੋ, ਜਿੰਨਾ ਖਰਚਾ ਆਇਆ ਉਹਨੂੰ ਸਾਡੀ ਪਾਰਟੀ ਨੂੰ ਦਿੱਤਾ ਜਾਊਗਾ। ਮਿਹਰਬਾਨੀ ਜੀ, ਕਿਤੇ ਨਾ ਕਿਤੇ ਮੁੰਡੀਆ ਸਾਹਿਬ ਨੇ ਕਿਹਾ ਹੈ ਕਿ ਇੱਥੇ ਅਸੀਂ ਕਰੋੜਾਂ ਦੇ ਲਾਗਤ ਨਾਲ ਉਦਘਾਟਨ ਕਰ ਰਹੇ ਹਾਂ, ਔਰ ਲੋਕ ਵਿਰੋਧੀਆਂ ਦਾ ਗੱਲ ਸਿਰਫ ਕਹਿਣਾ, ਕੰਮ ਸਿਰਫ ਆਰੋਪ ਲਾਉਣਾ ਹੈ, ਲੇਕਿਨ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਜੋ ਕੁਛ ਹੋਇਆ ਸਭ ਨਿਯਮਾਂ ਅਨੁਸਾਰ ਹੋਇਆ, ਲੋਕਾਂ ਦਾ ਪਿਆਰ ਹੈ, ਲੋਕਾਂ ਨੇ ਵੋਟ ਆਪ ਖੁਦ ਲਾਏ ਨੇ, ਸਰਕਾਰ ਨੇ ਕੋਈ ਵੀ ਸਰਕਾਰੀ ਖਜ਼ਾਨੇ ਤੋਂ ਖਰਚਾ ਨਹੀਂ ਕੀਤਾ ਹੈ। ਹੁਣ ਆਉਣ ਵਾਲੇ ਟਾਈਮ ਵਿੱਚ ਤੁਸੀਂ ਫੈਸਲਾ ਕਰਿਓ ਕਿ ਇਹ ਗੱਲ ਸਹੀ ਹੈ ਕਿ ਗਲਤ ਹੈ, ਜੋ ਇਹਨਾਂ ਨੇ ਗੱਲ ਅਮ ਰੈਲੀ ਵਿੱਚ ਦੱਸੀ ਹੈ 1076 ਉਹ ਕਿੰਨਾ ਕੁ ਲਾਹੇਮੰਦ ਹੈ, ਉਹ ਤੁਸੀਂ ਦੱਸਿਓ ਜਦੋਂ ਇਹ ਪ੍ਰੋਗਰਾਮ ਚੱਲੂਗਾ। ਲੁਧਿਆਣਾ ਤੋਂ ਲੁਧਿਆਣਾ ਲਾਈਵ ਲਈ ਮੈਂ ਅਰਵਿੰਦਰ ਸਰਾਣਾ।